ਤੇ ਮੈਂ ਇੱਕ ਵਾਰ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਵੈਲਕਮ ਕਰਦੀ ਹਾਂ ਡਾਕਟਰ ਮੂਲ ਰਤਨ ਸਿੱਧੂ ਜੀ, ਆਪਣੇ ਹਰਿੰਦਰ ਸਿੰਘ ਬਿੱਲਾ ਜੀ, ਬਲਜੀਤ ਸਿੰਘ ਜੀ ਦਾ, ਡਿਪਲਾਸਟ ਵਾਲੇ ਅਸ਼ੋਕ ਗੁਪਤਾ ਜੀ ਦਾ, ਟਾਈਨੋਰ 'ਤੇ ਹਜੇ ਕੁਛ ਮਹਿਮਾਨ ਉਪਸਥਿਤ ਹੋ ਰਹੇ ਨੇ, ਅਤੇ ਰਮਾਡਾ ਦੀ ਜਸਪਾਲ ਭਾਜੀ ਦਾ, ਅਤੇ ਰਾਣਾ ਜੀ ਆਪਣੇ ਬਹੁਤ ਦਿਲਾਂ ਬਾਅਦ ਮਿਲ ਰਹੇ ਹਾਂ ਆਪਾਂ, ਆਪਣੇ ਵਿਚਕਾਰ ਹੈ ਨਹੀਂ ਜੀ ਹਰਦੀਪ ਸਿੰਘ ਟਵਾਣਾ ਬਾਵਾ ਜੀ ਦਾ, ਕੱਲ੍ਹ ਪਰਸੋਂ ਕਿਤੇ ਜ਼ਿਕਰ ਚੱਲ ਰਿਹਾ ਸੀ ਕਿ ਲਾਸਟ ਬੁੱਕ 'ਚ ਉਹਨਾਂ ਦਾ ਵੀ ਮੈਸੇਜ ਸੀ, ਉਹ ਵੀ ਬੜੇ ਮਿਲਨਸਾਰ ਆਦਮੀ ਸੀ, ਜ਼ਿੰਦਗੀ ਦੇ ਵਿੱਚ ਸਭ ਹੁੰਦੇ ਆ, ਪਰ ਮੈਂ ਚਾਹੁੰਦੀ ਕਿ ਐਸੀਆਂ ਛਾਪਾਂ ਤੁਸੀਂ ਛੱਡ ਕੇ ਜਾਓ ਅਤੇ ਆਪਣੇ ਵਿਚਕਾਰ ਜਿੰਨੇ ਵੀ ਬੰਦੇ ਬੈਠੇ ਆ, ਨਾਲ ਮੈਂ ਸਭ ਦਾ ਹੀ ਨਾਮ ਲਊਂਗੀ, ਅਤੇ ਆਪਣੇ ਭਰਾ ਖਾਨ ਬ੍ਰਦਰਸ ਅੱਜ ਤੁਹਾਡੇ ਨਾਲ ਸੁਫਿਆਨਾ ਟੱਚ 'ਚ ਗੱਲਬਾਤ ਵੀ ਕਰਨਗੇ, ਅਤੇ ਨਾਲੇ ਨੱਚਣਾ ਅਤੇ ਨਚਾਉਣਾ ਜ਼ਿੰਦਗੀ ਦੀ ਰੂਹ ਦੀ ਖੁਰਾਕ ਹੈ, ਅਤੇ ਆਪਣੇ ਵਿਚਕਾਰ ਵਿਲਸਨ ਜੀ ਵੀ ਪਹੁੰਚ ਚੁੱਕੇ ਨੇ, ਇਲਿਊਜ਼ਨਿਸ ਜਾਦੂਗਰ, ਅਤੇ ਬਾਹਰ ਕਾਉਂਸਲ ਦਾ ਮੈਂ ਤਹਿ ਦਿਨੋਂ ਧੰਨਵਾਦ ਕਰਦੀ ਹਾਂ, ਅਤੇ ਆਪਣੀ ਜਿਹੜੀ ਟਰੱਸਟ ਦਾ ਉਪਰਾਲਾ ਪਿੰਕੀ ਸੋਚ ਬਦਲੋ ਕਿ ਅਸੀਂ ਜਿਹੜੇ ਕਿਡਸ ਹੁੰਦੇ ਹਾਂ ਉਹਨਾਂ ਦਾ ਕੁਛ ਨਾ ਕੁਛ ਅਸੀਂ ਉਪਸਥਿਤੀ ਕਰਦੀਆਂ ਰਹਿੰਦੇ ਹਾਂ। ਮੇਰਾ ਚੌਥਾ ਜਾਂ ਪੰਜਵਾਂ ਪ੍ਰੋਗਰਾਮ ਹੈ ਜੀ ਬਾਹਰ ਕਾਉਂਸਲ ਦਾ, ਉਹ ਡਾਕਟਰ ਸਾਹਿਬ ਦੀ ਬਦੌਲਤ ਹੈ, ਧੱਕਾ ਜਿਹਾ ਕਰ ਲਈਦਾ ਡਾਕਟਰ ਸਾਹਿਬ ਤੁਹਾਡਾ ਨਾ, ਚਲੋ ਆਪਣੇ ਵੱਡੇ ਭਰਾ ਹੈ ਜੀ, ਹੋਰ ਸਾਰਾ ਕੁਛ। ਕਹਿੰਦੇ ਜੀ ਇੱਕ ਸ਼ਾਇਰੀ ਦਾ ਆਗਾਜ਼ ਇਹ ਹੈ, ਕਹਿੰਦਾ ਤਬ ਤੱਕ ਪਿਆਰ ਸੇ ਪਿਆਰ ਮਤ ਕਰੋ ਹੈ ਮੇਰੇ ਦੋਸਤ, ਜਬ ਤੱਕ ਪਿਆਰ ਆਪਸੇ ਪਿਆਰ ਨਾ ਕਰੇ, ਤਬ ਤੱਕ ਪਿਆਰ ਸੇ ਪਿਆਰ ਮਤ ਕਰੋ ਹੈ ਮੇਰੇ ਦੋਸਤ, ਜਬ ਤੱਕ ਪਿਆਰ ਆਪਸੇ ਪਿਆਰ ਨਾ ਕਰੇ, ਜਬ ਪਿਆਰ ਆਪਸੇ ਪਿਆਰ ਕਰੇ ਤਬ ਪਿੰਕੀ ਕਹਿਤੀ ਹੈ ਪਿਆਰ ਕੋ ਇਤਨਾ ਪਿਆਰ ਕਰੋ ਕਿ ਪਿਆਰ ਕਿਸੇ ਔਰ ਕੋ ਪਿਆਰ ਕਰ ਹੀ ਨਾ ਸਕੇ, ਕਰ ਹੀ ਨਾ ਸਕੇ। ਇੱਦਾਂ ਦੀ ਹਾਜ਼ਰੀ ਹੈ ਜੀ ਜ਼ਿੰਦਗੀ 'ਚ, ਮੈਨੂੰ ਲੱਗਦਾ ਪਿਆਰ ਤਾਂ ਸਭ ਨੇ ਕੀਤਾ, ਕਿਸੇ ਨੇ ਪਹਿਲਾਂ 'ਚ ਕਰ ਲਿਆ, ਕਈਆਂ ਦਾ ਚੱਲ ਰਿਹਾ, ਕਈਆਂ ਦਾ ਚੱਲਣਾ, ਕੋਈ ਐਸਾ ਵਾਂਝਾ ਵਿਰਲਾ ਨਹੀਂ ਜਿਹਨੇ ਪਿਆਰ ਨਹੀਂ ਕੀਤਾ, ਪਰ ਹਜੇ ਮੇਰੀ ਤਲਾਸ਼ ਜਾ ਰਹੀ ਹੈ ਕਿ ਹੁਣ ਡਾਕਟਰ ਸਾਹਿਬ ਲੱਭੀ ਕੋਈ ਮੁੰਡਾ ਵੰਡਾ, ਪਰ ਇਟਸ ਰਿਐਲਿਟੀ ਜੀ, ਇਹ ਵੀ ਵਕਤ ਦੇ ਨਜ਼ਾਕਤ ਨਾਲ ਸਭ ਕੁਛ ਹੋ ਜਾਂਦਾ ਹੈ। ਜਸਪਾਲ ਭਾਜੀ ਵੀ ਬੈਠੇ ਆਪਣੇ, ਅਤੇ ਕਈ ਸਾਰੇ ਜਿਹੜੇ, ਮੁਨੀਸ਼ ਸ਼ਰਮਾ ਦਾ ਥੈਂਕਸ ਕਰਦੀ ਹਾਂ, ਉਹ ਪਿੱਛੇ ਪਿੱਛੇ ਰਹਿੰਦਾ ਹਮੇਸ਼ਾ, ਅਤੇ ਉਸ ਤੋਂ ਪਹਿਲਾਂ ਆਪਾਂ ਨਾਲ ਆਪਾਂ ਇਸ ਪ੍ਰੋਗਰਾਮ ਦਾ ਆਗਾਜ਼ ਕਰੀਏ, ਮੈਨੂੰ ਲੱਗਦਾ 2-4 ਸੱਜਣ ਆਪਣੇ ਰਹਿ ਗਏ ਨੇ ਰਸਤੇ ਦੇ ਵਿੱਚ ਹੈ, ਕਹਿੰਦਾ ਕਿ ਇੱਕ ਵਾਰੀ ਗੱਡੀਆਂ ਜਿਹੜੇ ਟਾਇਰ ਆ ਨਾ ਹੌਲੀ ਹੋ ਜਾਂਦੇ ਨੇ, ਪਰ ਫਾਸਟ ਹੁਣ ਆ ਰਹੀ ਹੈ ਸੁਪਰ ਸਪੀਡ ਟ੍ਰੇਨ 'ਚ ਭਜਾ ਕੇ ਲੈ ਕੇ ਆ ਰਹੇ ਨੇ, ਅਤੇ ਆਪਾਂ ਵਿਲਸਨ ਜੀ ਨੂੰ ਮੈਂ ਗੁਜ਼ਾਰਿਸ਼ ਕਰਦੀ ਹਾਂ ਜੀ ਉਹ ਤਿਆਰ ਰਹਿਣ, ਅਤੇ ਨਾਲ ਹੁਣ ਮੈਂ ਅੱਗੇ ਰੁਪਾਲ ਭਾਜੀ ਨੂੰ ਕਹਿੰਦੀ ਹਾਂ ਕਿ ਕੋਈ ਗੱਲਾਂ ਬਾਤਾਂ ਨਾ ਕੋਈ 2-4 ਚੁਟਕਲੇ ਸੁਣਾ ਕੇ ਵੀ ਇਹਨਾਂ ਦਾ ਦਿਲ ਬਹਿਲਾਇਆ ਜਾਵੇ, ਆਪਣੇ ਵਿਚਕਾਰ ਹੋਰ ਵੀ ਨਾਲ ਅੱਜ ਇੱਕ ਐਕਚੁਲੀ ਪੈਫਾ ਅਵਾਰਡਸ ਵੀ ਹੋ ਰਿਹਾ ਸਾਡਾ, ਅਤੇ ਉਹਦੇ ਕਰਕੇ ਵੀ ਕੁਛ ਗੈਸਟ ਥੋੜ੍ਹੇ ਜਿਹੇ ਲੇਟ ਹੋਣਗੇ, ਅਤੇ ਅੱਜ ਮੈਂ ਸਭ ਦਾ ਇੱਕ ਵਾਰ ਵੈਲਕਮ ਕਰਦੀ ਹਾਂ ਜੀ, ਅਤੇ ਸਾਰੇ ਜਾਣੇ ਆਪਣੇ ਨਾਮ 'ਤੇ ਜ਼ੋਰਦਾਰ ਤਾੜੀਆਂ ਵਜਾ ਲਓ ਜੀ। ਹਾਂਜੀ ਰੁਪਾਲ ਭਾਜੀ, ਬਹੁਤ ਬਹੁਤ ਸ਼ੁਕਰੀਆ ਪਿੰਕੀ ਜੀ। ਅੱਜ ਦਾ ਅਸਲ 'ਚ ਜਿਹੜਾ ਇਹ ਪ੍ਰੋਗਰਾਮ ਹੈ, ਜਿੱਦਾਂ ਪਿੰਕੀ ਸੰਧੂ ਜੀ ਨੇ ਦੱਸਿਆ ਕਿ ਪਿੰਕੀ ਸੋਚ ਬਦਲੋ ਟਰੱਸਟ, ਮੈਂ ਜਿੱਦਾਂ ਸ਼ੁਰੂ 'ਚ ਕਿਹਾ ਸੀ ਕਿ 2-3 ਇਹ ਜਿਹੜੇ ਹੈ ਇਕੱਠੇ ਅਸੀਂ ਪ੍ਰੋਗਰਾਮ ਇਹ ਕਰ ਰਹੇ ਹਾਂ, ਅਤੇ ਮੇਰਾ ਖਿਆਲ ਸ਼ਾਇਦ ਇਸੇ ਕਰਕੇ ਇਹਨੂੰ ਜਿਹੜਾ ਹੈ ਨਾਂ ਇਹ ਦਿੱਤਾ ਗਿਆ ਇਸ ਪ੍ਰੋਗਰਾਮ ਨੂੰ, ਅਤੇ ਮਹਿਫਲੇ ਸ਼ਾਮ। ਸਭ ਤੋਂ ਪਹਿਲਾਂ ਮੈਂ ਗੱਲ ਸ਼ੁਰੂ ਕਰਾਂ ਪਿੰਕੀ ਹੋਰਾਂ ਦੀ ਜਾਣ ਪਛਾਣ, ਵੈਸੇ ਆਪਾਂ ਸਾਰੇ ਜਾਣਦੇ ਹਾਂ, ਬੜੇ ਅੱਛੇ ਐਕਟਰ ਨੇ, ਜਿੱਦਾਂ ਬੜੇ ਅੱਛੇ ਸਿੰਗਰ ਨੇ, ਸਾਰਾ ਕੁਛ ਹੈ, ਅਤੇ ਪਰ ਮੈਨੂੰ ਇੱਕ ਗੱਲ ਲੱਗਦੀ ਹੈ ਕਿ ਜਦੋਂ ਇਹਨਾਂ ਨੇ ਨਾਲ ਆਪਣੇ ਇੱਕ ਆਪਣਾ ਤਖੱਲਸ ਜਿਹੜਾ ਉਹ ਲਾਇਆ ਮੋਗੇ ਵਾਲੀ, ਅਤੇ ਮੋਗਾ ਕੀ ਹੈ, ਕਿਉਂਕਿ ਹਰੇਕ ਧਰਤੀ ਦੇ ਵਿੱਚ, ਹਰੇਕ ਸਰਜ਼ਮੀਨ ਦੇ ਵਿੱਚ ਕੋਈ ਨਾ ਕੋਈ ਵਿਸ਼ੇਸ਼ਤਾ, ਕੋਈ ਨਾ ਕੋਈ ਖਾਸੀਅਤ ਜਿਹੜੀ ਆ ਉਹ ਹੁੰਦੀ ਆ, ਅਤੇ ਸ਼ਾਇਦ ਇਹੀ ਕਾਰਨ ਹੈ ਕਿ
ਉਸ ਮਿੱਟੀ ਦੀ ਜਾਂ ਉੱਥੋਂ ਦੇ ਪਾਣੀ ਦੀ ਜਿਹੜੀ ਤਾਸੀਰ ਹੈ ਉਹ ਪਿੰਕੀ ਦੇ ਖੂਨ ਦੇ ਵਿੱਚ ਹੈ, ਜਿਸ ਕਰਕੇ ਉਹ ਇੰਨੇ ਜ਼ਿਆਦਾ ਜਿਹੜਾ ਹੈਗਾ, ਕਿਉਂਕਿ ਕੋਈ ਕੋਈ ਜਿਹੜਾ ਮਨੁੱਖ ਹੁੰਦਾ ਜਿਹੜਾ ਬਹੁ ਆਯਾਮੀ ਬਹੁ ਪੱਖੀ ਜਿਹੜਾ ਸ਼ਖਸੀਅਤ ਹੁੰਦਾ, ਕਿਉਂਕਿ ਅਸੀਂ ਆਪਾਂ ਸਿੰਗਲ ਟਰੈਕ ਹੁੰਦੇ ਹਾਂ, ਹਮੇਸ਼ਾ ਇੱਕ ਪਾਸੇ ਨੂੰ ਚੱਲਦੇ ਹਾਂ। ਮੋਗਾ ਇੱਕ ਪਹਿਲੀ ਗੱਲ ਤਾਂ ਇਹੋ ਜਿਹੀ ਜਗ੍ਹਾ ਹੈ ਜਿੱਥੇ ਉਹ ਇੱਕ ਜੰਕਸ਼ਨ ਹੈ ਮਾਝੇ ਦੁਆਬੇ ਅਤੇ ਮਾਲਵੇ ਦਾ, ਹਾਲਾਂਕਿ ਮੋਗਾ ਮਾਲਵੇ ਦੇ ਵਿੱਚ ਹੈ ਅਤੇ, ਪਰ ਇਹ ਵੀ ਸੱਚਾਈ ਹੈ ਕਿ ਮੋਗਾ ਜਦੋਂ ਇੱਥੇ ਰਿਆਸਤਾਂ ਸੀ ਉਦੋਂ ਮੋਗਾ ਰਿਆਸਤਾਂ ਦੇ ਵਿੱਚ ਨਹੀਂ ਸੀ, ਉਦੋਂ ਅੰਗਰੇਜ਼ਾਂ ਅੰਗਰੇਜ਼ੀ ਰਾਜ ਦੇ ਵਿੱਚ ਸੀਗਾ ਅਤੇ ਉਸ ਧਰਤੀ ਨੇ ਬਹੁਤ ਵੱਡੇ ਨਾਮੀ ਲੋਕਾਂ ਨੂੰ, ਦੇਸ਼ ਭਗਤਾਂ ਨੂੰ ਜਨਮ ਦਿੱਤਾ। ਲਾਲਾ ਲਾਜਪਤ ਰਾਏ ਜੀ ਦਾ ਨਾਂ ਆਪਾਂ ਸਾਰੇ ਜਾਣਦੇ ਹਾਂ ਅਤੇ ਬਾਬਾ ਰੂਪ ਸਿੰਘ ਜੀ ਚੂੜਚੱਕ ਵਾਲੇ, ਉਹਨਾਂ ਦਾ ਨਾਂ ਆਪਾਂ ਸਾਰੇ ਜਾਣਦੇ ਹਾਂ। ਫਿਰ ਸਿਆਸਤ ਦੇ ਵਿੱਚ ਲਛਮਣ ਸਿੰਘ ਗਿੱਲ ਹੋਰਾਂ ਦਾ ਨਾਂ ਆਪਾਂ ਸਾਰੇ ਜਾਣਦੇ ਹਾਂ ਅਤੇ ਇਸ ਤੋਂ ਵੀ ਅੱਗੇ ਜਾ ਕੇ ਜੇ ਫੋਕਲੋਰ ਕਲਚਰ ਦੇ ਵਿੱਚ ਦੇਖਿਆ ਜਾਵੇ ਤਾਂ ਲੋਕ ਬੋਲੀਆਂ ਦੇ ਵਿੱਚ ਮੈਨੂੰ ਲੱਗਦਾ ਸਭ ਤੋਂ ਵੱਧ ਮੋਗਾ ਮਸ਼ਹੂਰ ਹੈ। ਭਾਵੇਂ ਕਿਹਾ ਜਾਂਦਾ ਹੈ ਕਿ ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਮੋਗਾ, ਉੱਥੋਂ ਦਾ ਇੱਕ ਸਾਧ ਸੁਣੀਦਾ, ਮਤਲਬ ਕਿ ਇਹ ਇਸ ਤਰ੍ਹਾਂ ਦਾ ਇਕੱਲਾ ਇੰਨਾ ਹੀ ਨਹੀਂ। ਤੈਨੂੰ ਮੋਗੇ ਦੀ ਮੰਡੀ 'ਤੇ ਆਵਾਂ ਵੇਚ ਮੁੰਡਿਆ ਅਤੇ ਹੋਰ ਕਿੰਨੀਆਂ ਜਿਹੜੇ ਆ ਗੀਤਾਂ ਦੇ ਵਿੱਚ, ਇਕੱਲੇ ਗੀਤਾਂ ਦੇ ਵਿੱਚ ਨਹੀਂ ਸਾਹਿਤ ਦੇ ਵਿੱਚ, ਜਸਵੰਤ ਸਿੰਘ ਕਮਲ ਦਾ ਬਹੁਤ ਵੱਡਾ ਨਾਂ ਹੈ, ਉਹ ਮੋਗੇ ਦੀ ਧਰਤੀ 'ਤੇ ਆ। ਜਗਜੀਤ ਸਿੰਘ ਚੂੜਚੱਕ ਬਹੁਤ ਵੱਡਾ ਡਾਇਰੈਕਟਰ ਸੀ ਫਿਲਮਾਂ ਦਾ, ਸਾਡੇ 'ਚ ਨਹੀਂ ਅੱਜ, ਅਤੇ ਉਹਨਾਂ ਦੀ ਥਾਂ ਹੁਣ ਪਿੰਕੀ ਹੋਰੀ ਲੈ ਰਹੇ ਨੇ ਫਿਲਮਾਂ ਦੇ ਵਿੱਚ ਆ ਕੇ। ਅਤੇ ਸਾਧੂ ਦਇਆ ਸਿੰਘ ਆਰਫ ਜੀ ਦਾ ਇੱਕ ਬਹੁਤ ਉੱਚਾ ਨਾਂ ਹੈ, ਜ਼ਿੰਦਗੀ ਬਿਲਾਸ ਜਿਹਨਾਂ ਦਾ ਇੱਕ ਕਿੱਸਾ ਜਿਹੜਾ ਹੈ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਸਾਹਿਤ ਦੀ ਜਿੱਥੇ ਗੱਲ ਚੱਲਦੀ ਹੈ ਉਹ ਵੀ ਉਸ ਧਰਤੀ ਦੇ ਨਾਲ ਹੈ। ਅਤੇ ਜੇ ਆਪਾਂ ਹੁਣ ਪਿੰਕੀ ਦੀ ਜਦੋਂ ਗੱਲ ਕਰਦੇ ਹਾਂ ਅਤੇ ਵੈਸੇ ਤਾਂ ਪਿੰਕੀ ਨਾਂ ਬਹੁਤ ਸੋਹਣਾ, ਵੈਸੇ ਹੀ ਅੰਗਰੇਜ਼ਾਂ ਵਾਲਾ ਨਾਂ ਹੈ ਅਤੇ ਸ਼ਾਇਦ ਜੇ ਪੰਜਾਬੀ ਦਾ ਜਿਹੜੀ ਕੋਨੋਟੇਸ਼ਨ ਹੈ ਅਤੇ ਗੁਲਾਬ ਦੇ ਨਾਲ ਜੁੜਦੀ ਹੈ ਅਤੇ ਉਹ ਇਸ ਤਰ੍ਹਾਂ ਦਾ ਮੈਂ ਪੁੱਛਿਆ ਵੀ ਨਹੀਂ ਵੀ ਪਿੰਕੀ ਕੱਚਾ ਨਾਂ ਹੈ ਕਿ ਪੱਕਾ ਨਾਂ ਹੈ। ਮੇਰਾ ਖਿਆਲ ਹੈ ਕਿ ਹੁਣ ਪੱਕਾ ਨਾਂ ਹੀ ਹੋਣਾ, ਕਿਉਂਕਿ ਜਦੋਂ ਪਿੰਕੀ ਮੋਗੇ ਵਾਲੀ, ਪਿੰਕੀ ਸੰਧੂ, ਪਿੰਕੀ ਟਰੱਸਟ, ਜੋ ਸਾਰਾ ਕੁਛ ਜਿਹੜਾ ਹੈ ਉਹ ਚੱਲ ਰਿਹਾ। ਵੈਸੇ ਬਹੁਤ ਹੀ ਪਿਆਰਾ ਨਾਂ ਹੈ, ਮੈਨੂੰ ਲੱਗਦਾ ਕਿ ਬਚਪਨ ਦੇ ਵਿੱਚ ਇਹ ਬਿਲਕੁਲ ਪਿੰਕ ਹੋਣਗੇ ਤਾਂ ਹੀ ਮਾਂ ਪਿਓ ਨੇ ਨਾਂ ਜਿਹੜਾ ਸੀਗਾ ਉਹ ਪਿੰਕੀ ਰੱਖਿਆ ਅਤੇ ਉਹ ਮਾਤਾ ਮਲਕੀਤ ਕੌਰ ਦੀ ਜਿਹੜੀ ਕੁੱਖ ਹੈ ਉਹ ਸੁਲੱਖਣੀ ਹੈ ਅਤੇ ਪਿਤਾ ਹਰਦਿਆਲ ਸਿੰਘ ਜੀ ਜੋ ਐਡਵੋਕੇਟ ਰਹੇ ਆ ਆਪਣੇ ਸਮੇਂ ਦੇ ਅਤੇ ਹੁਣ ਉਹਨਾਂ ਨੇ ਅਸਲ ਦੇ ਵਿੱਚ ਜਿਹੜਾ ਇਹ ਅੱਜ ਜਿਹੜਾ ਸਮਾਗਮ ਜਿਹੜਾ ਇਹ ਰੱਖਿਆ ਜਿਹਦੇ ਬਹੁਤ ਸਾਰੇ ਪੱਖ ਨੇ ਅੱਜ, ਜਿੱਥੇ ਸਾਡੇ ਸਾਰੇ ਵੱਖ ਵੱਖ ਸ਼ੋਭਿਆਂ ਤੋਂ ਜਿਹੜੇ ਮਹਿਮਾਨ, ਡਾਕਟਰ ਮੂਲ ਰਤਨ ਸਿੱਧੂ ਜੀ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ, ਦੇਸ਼ ਦੇ ਵਿੱਚ ਇਹਨਾਂ ਦਾ ਨਾਂ ਹੈ ਅਤੇ ਹੋਰ ਜਿੰਨੇ ਵੀ ਵੱਖ ਵੱਖ ਭਾਵੇਂ ਅਸ਼ੋਕ ਗੁਪਤਾ ਜੀ ਹੋਣ, ਭਾਵੇਂ ਮੋਹਾਲੀ ਇੰਡਸਟਰੀ ਤੋਂ ਹੋਣ, ਹੋਰ ਮੈਂ ਸਾਰਿਆਂ ਦੇ ਵਾਰ ਵਾਰ ਨਾਂ ਜਿਹੜੇ ਹੈ ਉਹ ਦੁਹਰਾਉਣਾ ਮੈਨੂੰ ਚੰਗਾ ਨਹੀਂ ਲੱਗਦਾ ਅਤੇ ਸਾਰੇ ਹੀ ਆਪਣੇ ਆਪਣੇ ਅਤੇ ਇਹਦੇ ਨਾਲ ਜਿਹੜੀ ਇਹਦੇ 'ਚ ਇੱਕ ਹੋਰ ਚੀਜ਼ ਜਿਹੜੀ ਸ਼ਾਮਿਲ ਕੀਤੀ ਗਈ ਆ ਉਹ ਇਹ ਕਿ ਇਸ ਪ੍ਰੋਗਰਾਮ ਦੇ ਵਿੱਚ ਉਹ ਬੱਚੇ ਵੀ ਸ਼ਾਮਿਲ ਨੇ ਅਤੇ ਉਹ ਬੱਚੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਸਮੇਂ ਸਮੇਂ ਆਪਣੀ ਪੜ੍ਹਾਈ ਜਾਰੀ ਰੱਖਣ ਲਈ, ਜਿਹਦੇ ਵਾਸਤੇ ਟਰੱਸਟ ਜਿਹੜਾ ਹੈਗਾ ਉਹ ਕੰਮ ਕਰ ਰਿਹਾ ਹੈਗਾ ਅਤੇ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੇ ਜਿਹੜੇ ਪੇਰੈਂਟਸ ਹੈ ਅਤੇ ਉਹ ਕਈ ਵਾਰ ਸੋਚਦੇ ਆ ਵੀ ਅੱਗੇ
ਪੜ੍ਹਾਈਏ ਜਾਂ ਨਾ ਪੜ੍ਹਾਈਏ, ਕਿਉਂਕਿ ਇਹ ਵੀ ਪਿੰਕੀ ਹੋਰਾਂ ਦਾ ਮੈਨੂੰ ਲੱਗਦਾ ਕਿ ਇੱਕ ਵੱਡਾ ਉਪਰਾਲਾ, ਕਿਉਂਕਿ ਜਿਹੜੇ ਲੋਕ ਸਾਰੇ ਪੜ੍ਹੇ ਲਿਖੇ ਉਹ ਸਮਝਦੇ, ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਜਿਹੜੀ ਪੜ੍ਹਾਈ ਹੈ ਜਾਂ ਲਿਆਕਤ ਹੈ ਜਿਹੜੀ, ਉਹ ਇੱਕ ਖਾਸ ਉਮਰ 'ਚ ਹੀ ਹਾਸਲ ਕੀਤੀ ਜਾ ਸਕਦੀ ਹੈ। ਜੇ ਉਸ ਉਮਰ ਦੇ ਵਿੱਚ ਬੱਚਾ ਉਹ ਨਾ ਹਾਸਲ ਕਰ ਸਕੇ ਫਿਰ ਉਹ ਸਾਰੀ ਹੁੰਦਾ। ਬਸ ਵਕਤ ਦੀ ਨਜ਼ਾਕਤ ਨੂੰ ਦੇਖਦੇ ਹੋਏ ਕਦੀ ਕਦੀ ਜਾਂ ਉਹਦੀਆਂ, ਮੈਨੂੰ ਲੱਗਦਾ ਕਿ ਬੰਦਿਸ਼ਾਂ 'ਚ ਐਸਾ ਬੰਨ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਉਭਾਰ ਹੀ ਨਹੀਂ ਪਾਉਂਦਾ। ਹਰੇਕ ਬੰਦਾ ਹੀ ਮੈਂ ਫਿਲੋਸਫਰ ਮੰਨਦੀ ਹੈ, ਜੋ ਮੇਰੀ ਕੋਸ਼ਿਸ਼ ਹੈ ਜਾਂ ਮੇਰੀ ਸੋਚ ਹੈ, ਜਿੰਨਾ ਜਿੰਨਾ ਮੈਂ ਕਿਸੇ ਨੂੰ ਵੀ ਅਨੁਭਵ ਕੀਤਾ। ਅਤੇ ਕਈ ਵਾਰੀ ਛੋਟਾ ਬੱਚਾ ਵੀ ਤੁਹਾਨੂੰ ਜ਼ਿੰਦਗੀ 'ਚ ਬਹੁਤ ਕੁਛ ਸਿਖਾ ਜਾਂਦਾ, ਅਤੇ ਕਈ ਵਾਰੀ ਤੁਸੀਂ ਬਹੁਤ ਵੱਡੇ ਇਨਸਾਨ ਤੋਂ ਵੀ ਉਹ ਸਿੱਖ ਨਹੀਂ ਲੈ ਪਾਉਂਦੇ ਜੋ ਛੋਟਾ ਬੱਚਾ ਦੇ ਜਾਂਦਾ। ਅਤੇ ਫਿਲੋਸਫੀ ਦੇ ਵਿੱਚ ਜੀ ਗੱਲ ਇਹ ਹੈ ਕਿ ਕਈ ਵਾਰ ਨਾ ਥੋੜ੍ਹਾ ਜਿਹਾ ਪੜ੍ਹਨ ਵਾਲੇ ਨੂੰ ਲੱਗਦਾ, ਜੋ ਰੀਡਰ ਹੁੰਦਾ ਉਹ ਕਹਿੰਦੇ ਨਹੀਂ ਨਹੀਂ ਇਟ ਸ਼ੁੱਡ ਬੀ ਲਾਈਕ ਦਿਸ, ਕਿ ਨਹੀਂ ਆਪਾਂ ਫਿਲੋਸਫੀ ਦੀਆਂ ਗੱਲਾਂ ਬਾਅਦ 'ਚੋਂ ਕਰਾਂਗੇ। ਪਰ ਸਟਾਰਟਿੰਗ ਦੀਆਂ ਜਿਹੜੀਆਂ ਫਰੇਸਿਸ ਆ, ਹਰੇਕ ਪੜ੍ਹਨਾ ਚਾਹੁੰਦਾ, ਕਿਤਾਬ ਦਾ ਪਹਿਲਾ ਪੰਨਾ ਅਤੇ ਕਿਤਾਬ ਦਾ ਅਖੀਰਲਾ ਪੰਨਾ ਹਰੇਕ ਕੋਈ ਪੜ੍ਹਨਾ ਚਾਹੁੰਦਾ। ਅਤੇ ਉਹਦੇ ਬਾਰੇ ਮੈਂ ਕਿਤਾਬ ਦਾ ਹੀ ਜ਼ਿਕਰ ਕੀਤਾ ਕਿ ਜੇ ਪਹਿਲੇ ਪੰਨੇ ਤੋਂ ਕਾਫੀ ਚੀਜ਼ ਹੈ, ਕਿਉਂਕਿ ਹੁਣ ਮੈਂ ਸ਼ਾਇਦ ਮੈਨੂੰ ਕਿਤਾਬ ਲੈਣੀ ਪਊਗੀ, ਸ਼ਾਇਰੀ ਮੈਨੂੰ ਪੂਰੀ ਯਾਦ ਨਹੀਂ ਹੈਗੀ ਕਿ ਜੇ ਮੈਂ ਕਿਤਾਬ ਦੇ ਬਾਰੇ, ਮਤਲਬ ਪਲੀਜ਼ ਮੈਨੂੰ ਦਿਓ, ਕਿਤਾਬ ਦਾ ਜ਼ਿਕਰ ਹੋਇਆ ਕਿ ਕਲਮ ਕੀ ਕਰ ਸਕਦੀ ਹੈ ਅਤੇ ਕਲਮ ਦੇ ਵਿੱਚ ਬਹੁਤ ਤਾਕਤ ਹੈ। ਕਹਿੰਦਾ ਤਲਵਾਰਾਂ ਦੀ ਵੀ ਲੋੜ ਨਹੀਂ ਹੁੰਦੀ ਰੁਪਾਲ ਭਾਜੀ, ਜਦੋਂ ਕਲਮ ਲਿਖਣ 'ਤੇ ਆਉਂਦੀ ਹੈ ਅਤੇ ਬਹੁਤ ਬਹੁਤ ਕਲਮ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਵੀ ਕਰ ਜਾਂਦੀ ਹੈ। ਕਲਮ ਸਿਰ ਕਲਮ ਵੀ ਕਰ ਦਿੰਦੀ ਹੈ। ਬਿਲਕੁਲ ਜੀ, ਕਲਮ 'ਚ ਬਹੁਤ ਵੱਡੀ ਤਾਕਤ ਹੁੰਦੀ ਹੈ। ਅਤੇ ਇਹਦੇ ਵਿੱਚ ਮੈਂ ਫਲਸਫੇ ਦੇ ਵਿੱਚ ਇਹੀ ਗੱਲ ਕੀਤੀ ਹੈ ਕਿ ਜਿਵੇਂ ਆਪਣੀ ਕੁਦਰਤ ਦੀ ਵੀ ਗੱਲ ਜ਼ਿਕਰ ਚੱਲਿਆ, ਚਾਂਦ ਦਾ ਵੀ ਜ਼ਿਕਰ ਚੱਲਿਆ ਕਿ ਚੰਦਰਮਾ ਨੂੰ ਤੁਸੀਂ ਕਿੱਦਾਂ ਦੇਖਦੇ ਹੋ, ਸਾਇੰਟਿਫਿਕ ਤੌਰ 'ਤੇ ਜਿਵੇਂ ਪੀ ਜੇ ਸਿੰਘ ਜੀ ਆਪਣੇ ਵਿਚਕਾਰ ਬੈਠੇ ਨੇ, ਇਹ ਸਾਇੰਟਿਫਿਕ ਬਹੁਤ ਇਹਨਾਂ ਨੂੰ ਨੌਲੇਜ ਹੈ। ਅਤੇ ਉਹਦੇ ਵਿੱਚ ਮੈਂ ਕੁਛ ਦੋ ਤਿੰਨ ਜੋ ਨਜ਼ਮ ਪੇਸ਼ ਕੀਤੀ, ਦੋ ਤਿੰਨ ਐਬਰੀਵੇਸ਼ਨ ਲਾਈਨਸ ਮੈਂ ਸਾਇੰਸ ਦੇ ਰਿਲੇਟਡ ਪੇਸ਼ ਕੀਤੀਆਂ ਕਿ ਜਿਹੜੀ ਮੂਨ ਲਾਈਟ ਆਪਣੇ ਲਈ ਕਿਉਂ ਜ਼ਰੂਰੀ ਹੁੰਦੀ ਹੈ। ਤੋ ਕਈ ਕਈ ਗੱਲਾਂ ਜੇ ਆਮ ਕੋਈ ਬੰਦਾ ਪੜੂਗਾ ਤਾਂ ਉਹ ਕਹੂਗਾ ਕਿ ਕਿਤੇ ਨਾ ਕਿਤੇ ਥੋੜ੍ਹੀ ਬਹੁਤ ਇਹਨੇ ਵੀ ਪੜ੍ਹਾਈ ਲਿਖਾਈ ਕੀਤੀ ਸੀ ਜੇ ਲਿਖਣ 'ਚ ਬੈਠ ਗਈ। ਤੋ ਦਿਸ ਇਜ਼ ਟਾਈਪ ਹਾਊ ਇਟਸ ਗੋਇੰਗ ਟੂ ਬੀ ਦਿਸ ਕੀ ਫਿਲੋਸਫੀ ਫਲਸਫੇ ਮੈਂ ਸ਼ੁਰੂ ਕੀਤਾ। ਨਹੀਂ, ਬਹੁਤ ਅੱਛੀ ਗੱਲ ਹੈ। ਚਲੋ ਤੁਸੀਂ ਇੱਕ ਗੱਲ ਤਾਂ ਜਿਹੜੀ ਹੈ ਇਹ ਬਹੁਤ ਵੱਡੀ ਗੱਲ ਹੈ ਕਿ ਮਨੁੱਖ ਦੇ ਲਈ ਇੱਕ, ਮੈਂ ਸਮਝਦਾ ਕਿ ਇੱਕ ਰਿਵਾਰਡ ਹੈ ਕਹਿਣਾ ਕਿ ਹਰ ਇੱਕ ਮਨੁੱਖ ਹੈ ਜਿਹੜਾ ਉਹ ਜਮਾਂਦਰੂ ਫਿਲੋਸਫਰ ਹੈ। ਬਿਲਕੁਲ ਜੀ, ਤੇ ਬਹੁਤ ਅੱਛੀ ਗੱਲ ਹੈ। ਤੇ ਮੈਂ ਇਹਦੇ ਅਗਲੇ ਸੈਗਮੈਂਟ ਦੀ ਜਦੋਂ ਗੱਲ ਕਰਦਾ, ਜਿਹੜਾ ਪਿਆਰ ਹੈ, ਕਿਉਂਕਿ ਮੁਹੱਬਤ ਜਿਹੜੀ ਕਿੱਦਾਂ ਦਾ ਸਬਜੈਕਟ ਹੈ, ਤੇ ਕਿਉਂਕਿ ਇਹਦੇ ਨਾਲ ਬਹੁਤ ਕੁਛ ਜੁੜਿਆ ਹੋਇਆ ਜ਼ਿੰਦਗੀ ਦਾ। ਤੇ ਜਦੋਂ ਮੈਨੂੰ ਯਾਦ ਹੈ ਜਦੋਂ ਆਪਾਂ ਸਿੱਖ ਫਲਸਫੇ ਦੀ, ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ, ਮੁਹੱਬਤ ਉਹਦੇ ਵਿੱਚ ਬਹੁਤ ਉੱਚੀ ਥਾਂ ਜਿਹੜੀ ਦਿੱਤੀ ਗਈ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਆ, ਜਦੋਂ ਤੋਂ ਪ੍ਰੇਮ ਖੇਲਣ ਕਾ ਜਾਓ, ਸਿਫਤਾ ਤਰੀ ਗਲੀ ਮੇਰੀ ਆਓ, ਇੱਤ ਮਾਰਕ ਪੈਰ ਧਰੀਜਾ, ਸਿਰ ਦੀਜਾ, ਕਾਣਾ ਕੀਜਾ। ਅਤੇ ਉਹ ਕਹਿੰਦੇ ਕਿ ਪਿਆਰ ਆ ਜਿਹੜਾ, ਉਹ ਪ੍ਰੇਮ ਹੈ, ਉਹ ਕੁਰਬਾਨੀ ਵੀ ਜਿਹੜਾ ਹੈ ਉਹ ਮੰਗ ਸਕਦਾ। ਜੇ ਤੁਹਾਡੇ 'ਚ ਸਿਰ ਕਟਾਉਣ ਦੀ ਜਿਹੜੀ ਸਮਰੱਥਾ ਹੈ, ਹਿੰਮਤ ਹੈ, ਤਾਂ ਜਿਹੜੀ ਤੁਸੀਂ ਪਿਆਰ ਦੀ ਗਲੀ ਜਿਹੜੀ ਤੁਰਨਾ। ਅਤੇ ਇਹਨੂੰ ਵੱਖ ਵੱਖ ਜਿਹੜੇ ਤਰੀਕਿਆਂ ਦੇ ਨਾਲ ਮੁਹੱਬਤ ਨੂੰ ਡਿਫਾਈਨ ਕੀਤਾ, ਪਿਆਰ ਨੂੰ, ਲਵ ਨੂੰ, ਅਫੈਕਸ਼ਨ ਨੂੰ ਜਿਹੜਾ ਹੈ। ਹੁਣ ਤੁਸੀਂ ਇਹਦੇ 'ਚ ਜਿਹੜਾ ਤੁਹਾਡਾ ਇਹ ਸੈਗਮੈਂਟ ਹੈ ਜਿਹੜਾ, ਇਹ ਪਿਆਰ ਵਾਲਾ, ਜਿਹਦੇ 'ਚ ਇਸ਼ਕ ਤਸੱਵਰ ਵਰਗੀਆਂ, ਇਸ਼ਕ ਮੁਕਾਮ ਵਰਗੀਆਂ, ਵੈਲੰਟਾਈਨ ਵਰਗੀਆਂ ਜਿਹੜੀਆਂ ਕਵਿਤਾਵਾਂ ਨੇ, ਭਾਵੇਂ ਉਹ ਹਿੰਦੀ ਦੇ ਵਿੱਚ ਜਾਂ ਹਿੰਦੁਸਤਾਨੀ, ਮੈਂ ਸ਼ਬਦ ਵਰਤਾਂਗਾ ਕਿਉਂਕਿ ਹਿੰਦੀ ਦਾ ਇੱਕ ਭਾਸ਼ਾ ਦੇ ਜਦੋਂ ਪੱਖ ਤੋਂ ਹੋਰ ਤਰ੍ਹਾਂ ਦਾ ਇੱਕ ਬਣ ਜਾਂਦਾ, ਕਿਉਂਕਿ ਜਿਹੜੀ ਸਾਡੀ ਆਮ ਫਹਿਮ, ਜਿਹੜੀ ਸਾਡੀ ਜ਼ੁਬਾਨ ਹੈ, ਜਿਹਦੇ 'ਚ ਫਾਰਸੀ ਦੇ ਲਫ਼ਜ਼ ਵੀ ਆ ਜਾਂਦੇ ਆ, ਉਰਦੂ ਦੇ ਵੀ ਆ ਜਾਂਦੇ ਆ, ਅਤੇ ਚਲੋ ਹਿੰਦੀ ਤਾਂ ਹੈ ਹੋਈ ਗ੍ਰਮੈਟੀਕਲੀ, ਅਤੇ ਤੁਸੀਂ ਕੀ ਸਮਝਦੇ ਹੋ ਵੈਸੇ ਪਿਆਰ ਨੂੰ? ਹਾਂਜੀ,
ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਪਿਆਰ ਤੋਂ ਕਦੇ ਵੀ ਕੋਈ ਵਾਂਝਾ ਨਹੀਂ ਰਿਹਾ ਅਤੇ ਇੱਥੇ ਕੋਈ ਵੀ ਐਸਾ ਇਨਸਾਨ ਜਾਂ ਸ਼ਖਸ ਨਹੀਂ ਜਿਹਨੇ ਪਿਆਰ ਕੀਤਾ ਨਾ ਹੋਵੇ ਜਾਂ ਜਿਹਨੂੰ ਕਦੀ ਪਿਆਰ ਹੋਇਆ ਨਾ ਹੋਵੇ ਜਾਂ ਜਿਹੜਾ ਪਿਆਰ ਕਰਨਾ ਨਾ ਚਾਹੁੰਦਾ ਹੋਵੇ। ਕਹਿੰਦੇ ਐਸੀ ਰੂਹਦਾਰੀ ਦੀ ਖੁਰਾਕ ਹੈ ਪਿਆਰ ਜੋ ਨਾ ਚਾਹੁੰਦੇ ਵੀ ਹੋ ਜਾਂਦਾ। ਅਤੇ ਕਈ ਕਈ ਵਾਰੀ ਅੱਜ ਕੱਲ੍ਹ ਦੇ ਜਿਹੜੇ ਯੰਗਸਟਰਸ ਨੂੰ ਮੈਂ ਫੀਲ ਕੀਤਾ ਉਹਨਾਂ ਨੂੰ ਥੋੜ੍ਹੇ ਜਿਹੇ ਦੋ ਚਾਰ ਚੀਜ਼ਾਂ ਇੱਦਾਂ ਪਿਆਰ ਇਸ਼ਕ ਮੁਹੱਬਤ ਦਾ ਡਿਫਰੈਂਸ ਰੁਪਾਲ ਭਾਅ ਜੀ ਨਹੀਂ ਪਤਾ, ਬਿਕੋਜ਼ ਜਦ ਕੋਈ ਚੀਜ਼ ਪਸੰਦ ਆਉਂਦੀ ਹੈ ਤਾਂ ਉਹਦੇ ਇਸ਼ਕੇ ਮੁਕਾਮ 'ਚ ਇਹੀ ਮੈਂ ਜ਼ਿਕਰ ਕੀਤਾ ਅਟਰੈਕਸ਼ਨ ਜਿਹੜਾ ਪਹਿਲਾ ਮੁਕਾਮ ਹੁੰਦਾ ਇਸ਼ਕ ਦਾ, ਤੁਸੀਂ ਅਟਰੈਕਟ ਹੁੰਦੇ ਹੋ ਕਿਸੇ ਤੋਂ, ਉਹ ਇਨਫੈਕਚੁਏਸ਼ਨ ਹੈ, ਤੁਹਾਡਾ ਪਿਆਰ ਨਹੀਂ ਹੈਗਾ ਬਟ ਉਹ ਅੱਜ ਇਨਫੈਕਚੁਏਸ਼ਨ ਹੈ ਕਿ ਉਸ ਕੋਨੇ 'ਤੇ ਉਹਦੇ ਲਈ ਹੈ ਅਤੇ ਅਗਲੇ ਮੋੜ 'ਤੇ ਕੋਈ ਹੋਰ ਪਸੰਦ ਆ ਗਿਆ ਤੁਹਾਡੇ ਲਈ ਹੈ। ਅਤੇ ਇਹਦੇ ਵਿੱਚ ਮੈਂ ਜ਼ਿਕਰ ਕੀਤਾ ਕਿ ਜਿਹੜਾ ਕੋਈ ਪਿਆਰ ਕਰਦਾ ਪਿਆਰ, ਮੈਨੂੰ ਲੱਗਦਾ ਕਿ ਜੇ ਪਹਿਲਾਂ ਹੀ 2.5 ਅਕਸ਼ਰ ਪ੍ਰੇਮ ਕੇ ਮਤਲਬ ਪੂਰੇ ਨਹੀਂ ਹੁੰਦੇ, ਪਿਆਰ ਆਪਣੇ ਆਪ 'ਚ ਹੀ ਅਧੂਰਾ ਹੈ। ਅਤੇ ਇਹ ਲੱਗਦਾ ਕਿ ਜ਼ਿੰਦਗੀ 'ਚ ਬਹੁਤ ਤਸ਼ੱਦਦ ਭੋਗਣੀ ਪੈਂਦੀ ਹੈ ਜੇ ਤੁਹਾਨੂੰ ਪਿਆਰ ਸੰਪੂਰਨ ਪਾਉਣਾ ਹੈਗਾ। ਪਰ ਕਈ ਕਈ ਵਾਰੀ ਇੱਕ ਤਰਫਾ ਪਿਆਰ ਦਾ ਅਲੱਗ ਹੀ ਮਜ਼ਾ ਹੁੰਦਾ ਮੈਨੂੰ ਲੱਗਦਾ, ਕਿਉਂਕਿ ਕਮ ਸੇ ਕਮ ਤੁਹਾਨੂੰ ਦੁੱਖ ਵੀ ਨਹੀਂ ਲੱਗਦਾ, ਦਿਲ ਟੁੱਟਣ ਦਾ ਡਰ ਵੀ ਨਹੀਂ ਹੁੰਦਾ ਕਿ ਅਗਲਾ ਤੁਹਾਨੂੰ ਜਵਾਬ ਹੀ ਨਾ ਦੇ ਜੇ, ਤੁਹਾਨੂੰ ਇਗਨੋਰ ਹੀ ਨਾ ਕਰ ਜੇ, ਜਿਵੇਂ ਤੁਸੀਂ ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਵੀ ਕਾਫੀ ਵਿੱਚ ਵਿੱਚ ਸੀ, ਚੰਗਾ ਹੁੰਦਾ ਸਵਾਲ ਨਾ ਕਰਦਾ ਮੈਨੂੰ ਤੇਰਾ ਜਵਾਬ ਲੈ ਬੇਟਾ। ਕਿਤੇ ਕਿਤੇ ਇਨਸਾਨ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਅਤੇ ਇਸ ਦੇ ਵਿੱਚ ਇੱਕ ਮੈਨੂੰ ਬੜੀ ਅੱਛੀ ਗੱਲ ਹੈ ਕਿ ਇਸ਼ਕ ਪਰ ਗਰੂਰ ਮੇਰੀ ਇੱਕ ਕਵਿਤਾ, ਉਹ ਮੈਂ ਕਹਿੰਦੀ ਹਾਂ ਕਿ ਕਿਉਂ ਨਾ ਕਰੂੰ ਮੈਂ ਇਸ਼ਕ ਪਰ ਗਰੂਰ, ਕਹਿੰਦਾ ਮੇਰਾ ਗਰੂਰ ਜ਼ਾਹਿਰ ਹੈ ਇਸ਼ਕ ਪਰ ਹੋਣਾ, ਕਿਉਂਕਿ ਜਬ ਉਸਨੇ ਮੁਝਸੇ ਪਿਆਰ ਕੀਆ ਤਬ ਪਿੰਕੀ ਨੇ ਆਗੇ ਸੇ ਕਿਆ ਜਵਾਬ ਦੀਆ, ਕਹਤੇ ਤਬ ਤੱਕ ਪਿਆਰ ਸੇ ਪਿਆਰ ਨਾ ਕਰੋ ਜਬ ਤੱਕ ਪਿਆਰ ਆਪਸੇ ਪਿਆਰ ਨਾ ਕਰੇ, ਜਬ ਪਿਆਰ ਆਪਸੇ ਪਿਆਰ ਕਰੇ ਤਬ ਪਿਆਰ ਸੇ ਇਤਨਾ ਪਿਆਰ ਕਰੋ ਪਿੰਕੀ ਕੀ ਪਿਆਰ ਕਿਸੀ ਔਰ ਕੋ ਪਿਆਰ ਕਰ ਹੀ ਨਾ ਸਕੇ।